ਕੈਂਪੇਨਿੰਗ ਕਿਸ ਤਰ੍ਹਾਂ ਫੀਲ ਕਰ ਰਹੇ ਹੋ? ਦੇਖੋ ਜਦੋਂ ਇਲੈਕਸ਼ਨ ਚੱਲ ਰਹੀ ਹੁੰਦੀ ਹੈ ਨਾ, ਉਹ ਅਲੱਗ ਹੀ ਦਿਨ ਹੁੰਦਾ, ਇੰਨਾ ਚਾਰਜ ਅਪ ਮਾਹੌਲ ਹੁੰਦਾ ਏ ਵੀ ਹਰ ਜਿਹੜਾ ਵਰਕਰ ਆ, ਹਰ ਵੋਟਰ ਆ, ਉਹ ਅਲੱਗ ਉਹਦਾ ਜਿਹੜਾ ਮਤਲਬ ਉਹਦੇ ਚਿਹਰੇ ਤੇ ਜਾਂ ਉਹਦੇ ਹਾਵ ਭਾਵ ਹੁੰਦੇ ਆ, ਉਹ ਬੜੇ ਡਿਫਰੈਂਟ ਹੁੰਦੇ ਆ। ਤੇ ਇਲੈਕਸ਼ਨ ਤੋਂ ਬਾਅਦ ਇਕਦਮ ਜਿਹੜੇ ਉਹ ਟੋਟਲ ਜਿਹੜਾ ਚਾਰਜ ਅਪ ਡਿਫਰੈਂਟ ਹੁੰਦਾ ਏ, ਉਹ ਇਕਦਮ ਰਿਲੈਕਸ ਹੋ ਜਾਂਦਾ, ਠੰਡਾ ਹੋ ਜਾਂਦਾ। ਤੇ ਉਸੇ ਤਰੀਕੇ ਨਾਲ ਮੈਂ ਵੀ ਅੱਜ ਜਿਹੜਾ ਏ ਉਹ ਇੱਕ ਜਿਹੜਾ ਚਾਰਜ ਹੁੰਦੇ ਹੋਏ ਸੀ, ਟੋਟਲ ਇੱਕ ਵਾਤਾਵਰਨ ਸੀ ਜਿਹੜਾ, ਹੁਣ ਉਹ ਰਿਲੈਕਸ ਤੇ ਬਿਲਕੁਲ ਠੰਡਾ ਮਾਹੌਲ ਆ, ਸ਼ਾਂਤ ਮਾਹੌਲ ਆ, ਤੇ ਉਹਨੂੰ ਇੰਜੋਏ ਕਰ ਰਹੇ ਹਾਂ। ਦੇਖੋ ਥੋੜਾ ਆਪਣੇ ਸ਼ਹਿਰ ਦਾ, ਜਿਹੜਾ ਮੇਰਾ ਸ਼ਹਿਰ ਆ ਲੁਧਿਆਣਾ, ਉਹਨੂੰ ਦੁਬਾਰਾ ਇੱਕ ਬਹੁਤ ਹੀ ਸ਼ਾਂਤ ਇਸ ਵੇਲੇ ਮਾਹੌਲ ਆ ਤੇ ਬੜਾ ਵਧੀਆ ਏ। ਤੇ ਉਹ ਅਲੱਗ ਇੱਕ ਇਲੈਕਸ਼ਨ ਦੇ ਜਿਹੜੇ ਦਿਨ ਹੁੰਦੇ ਆ ਉਹ ਅਲੱਗ ਹੁੰਦੇ ਆ, ਤੇ ਅੱਜ ਤੋਂ ਬਾਅਦ ਜਿਹੜਾ ਉਹ ਡਿਫਰੈਂਟ ਲੁਧਿਆਣਾ ਹੋਏਗਾ। ਕੈਂਪੇਨਿੰਗ ਕਿਸ ਤਰ੍ਹਾਂ ਫੀਲ ਕਰ ਰਹੇ ਹੋ? ਦੇਖੋ ਜਦੋਂ ਇਲੈਕਸ਼ਨ ਚੱਲ ਰਹੀ ਹੁੰਦੀ ਹੈ ਨਾ, ਉਹ ਅਲੱਗ ਹੀ ਦਿਨ ਹੁੰਦਾ, ਇੰਨਾ ਚਾਰਜ ਅਪ ਮਾਹੌਲ ਹੁੰਦਾ ਏ ਵੀ ਹਰ ਜਿਹੜਾ ਵਰਕਰ ਆ, ਹਰ ਵੋਟਰ ਆ, ਉਹ ਅਲੱਗ ਉਹਦਾ ਜਿਹੜਾ ਮਤਲਬ ਉਹਦੇ ਚਿਹਰੇ ਤੇ ਜਾਂ ਉਹਦੇ ਹਾਵ ਭਾਵ ਹੁੰਦੇ ਆ, ਉਹ ਬੜੇ ਡਿਫਰੈਂਟ ਹੁੰਦੇ ਆ। ਤੇ ਇਲੈਕਸ਼ਨ ਤੋਂ ਬਾਅਦ ਇਕਦਮ ਜਿਹੜੇ ਉਹ ਟੋਟਲ ਜਿਹੜਾ ਚਾਰਜ ਅਪ ਡਿਫਰੈਂਟ ਹੁੰਦਾ ਏ, ਉਹ ਇਕਦਮ ਰਿਲੈਕਸ ਹੋ ਜਾਂਦਾ, ਠੰਡਾ ਹੋ ਜਾਂਦਾ। ਤੇ ਉਸੇ ਤਰੀਕੇ ਨਾਲ ਮੈਂ ਵੀ ਅੱਜ ਜਿਹੜਾ ਏ ਉਹ ਇੱਕ ਜਿਹੜਾ ਚਾਰਜ ਹੁੰਦੇ ਹੋਏ ਸੀ, ਟੋਟਲ ਇੱਕ ਵਾਤਾਵਰਨ ਸੀ ਜਿਹੜਾ, ਹੁਣ ਉਹ ਰਿਲੈਕਸ ਤੇ ਬਿਲਕੁਲ ਠੰਡਾ ਮਾਹੌਲ ਆ, ਸ਼ਾਂਤ ਮਾਹੌਲ ਆ, ਤੇ ਉਹਨੂੰ ਇੰਜੋਏ ਕਰ ਰਹੇ ਹਾਂ। ਦੇਖੋ ਥੋੜਾ ਆਪਣੇ ਸ਼ਹਿਰ ਦਾ, ਜਿਹੜਾ ਮੇਰਾ ਸ਼ਹਿਰ ਆ ਲੁਧਿਆਣਾ, ਉਹਨੂੰ ਦੁਬਾਰਾ ਇੱਕ ਬਹੁਤ ਹੀ ਸ਼ਾਂਤ ਇਸ ਵੇਲੇ ਮਾਹੌਲ ਆ ਤੇ ਬੜਾ ਵਧੀਆ ਏ। ਤੇ ਉਹ ਅਲੱਗ ਇੱਕ ਇਲੈਕਸ਼ਨ ਦੇ ਜਿਹੜੇ ਦਿਨ ਹੁੰਦੇ ਆ ਉਹ ਅਲੱਗ ਹੁੰਦੇ ਆ, ਤੇ ਅੱਜ ਤੋਂ ਬਾਅਦ ਜਿਹੜਾ ਉਹ ਡਿਫਰੈਂਟ ਲੁਧਿਆਣਾ ਹੋਏਗਾ। ਕੈਂਪੇਨਿੰਗ ਕਿਸ ਤਰ੍ਹਾਂ ਫੀਲ ਕਰ ਰਹੇ ਹੋ? ਦੇਖੋ ਜਦੋਂ ਇਲੈਕਸ਼ਨ ਚੱਲ ਰਹੀ ਹੁੰਦੀ ਹੈ ਨਾ, ਉਹ ਅਲੱਗ ਹੀ ਦਿਨ ਹੁੰਦਾ, ਇੰਨਾ ਚਾਰਜ ਅਪ ਮਾਹੌਲ ਹੁੰਦਾ ਏ ਵੀ ਹਰ ਜਿਹੜਾ ਵਰਕਰ ਆ, ਹਰ ਵੋਟਰ ਆ, ਉਹ ਅਲੱਗ ਉਹਦਾ ਜਿਹੜਾ ਮਤਲਬ ਉਹਦੇ ਚਿਹਰੇ ਤੇ ਜਾਂ ਉਹਦੇ ਹਾਵ ਭਾਵ ਹੁੰਦੇ ਆ, ਉਹ ਬੜੇ ਡਿਫਰੈਂਟ ਹੁੰਦੇ ਆ। ਤੇ ਇਲੈਕਸ਼ਨ ਤੋਂ ਬਾਅਦ ਇਕਦਮ ਜਿਹੜੇ ਉਹ ਟੋਟਲ ਜਿਹੜਾ ਚਾਰਜ ਅਪ ਡਿਫਰੈਂਟ ਹੁੰਦਾ ਏ, ਉਹ ਇਕਦਮ ਰਿਲੈਕਸ ਹੋ ਜਾਂਦਾ, ਠੰਡਾ ਹੋ ਜਾਂਦਾ। ਤੇ ਉਸੇ ਤਰੀਕੇ ਨਾਲ ਮੈਂ ਵੀ ਅੱਜ ਜਿਹੜਾ ਏ ਉਹ ਇੱਕ ਜਿਹੜਾ ਚਾਰਜ ਹੁੰਦੇ ਹੋਏ ਸੀ, ਟੋਟਲ ਇੱਕ ਵਾਤਾਵਰਨ ਸੀ ਜਿਹੜਾ, ਹੁਣ ਉਹ ਰਿਲੈਕਸ ਤੇ ਬਿਲਕੁਲ ਠੰਡਾ ਮਾਹੌਲ ਆ, ਸ਼ਾਂਤ ਮਾਹੌਲ ਆ, ਤੇ ਉਹਨੂੰ ਇੰਜੋਏ ਕਰ ਰਹੇ ਹਾਂ। ਦੇਖੋ ਥੋੜਾ ਆਪਣੇ ਸ਼ਹਿਰ ਦਾ, ਜਿਹੜਾ ਮੇਰਾ ਸ਼ਹਿਰ ਆ ਲੁਧਿਆਣਾ, ਉਹਨੂੰ ਦੁਬਾਰਾ ਇੱਕ ਬਹੁਤ ਹੀ ਸ਼ਾਂਤ ਇਸ ਵੇਲੇ ਮਾਹੌਲ ਆ ਤੇ ਬੜਾ ਵਧੀਆ ਏ। ਤੇ ਉਹ ਅਲੱਗ ਇੱਕ ਇਲੈਕਸ਼ਨ ਦੇ ਜਿਹੜੇ ਦਿਨ ਹੁੰਦੇ ਆ ਉਹ ਅਲੱਗ ਹੁੰਦੇ ਆ, ਤੇ ਅੱਜ ਤੋਂ ਬਾਅਦ ਜਿਹੜਾ ਉਹ ਡਿਫਰੈਂਟ ਲੁਧਿਆਣਾ ਹੋਏਗਾ। ਕੈਂਪੇਨਿੰਗ ਕਿਸ ਤਰ੍ਹਾਂ ਫੀਲ ਕਰ ਰਹੇ ਹੋ? ਦੇਖੋ ਜਦੋਂ ਇਲੈਕਸ਼ਨ ਚੱਲ ਰਹੀ ਹੁੰਦੀ ਹੈ ਨਾ, ਉਹ ਅਲੱਗ ਹੀ ਦਿਨ ਹੁੰਦਾ, ਇੰਨਾ ਚਾਰਜ ਅਪ ਮਾਹੌਲ ਹੁੰਦਾ ਏ ਵੀ ਹਰ ਜਿਹੜਾ ਵਰਕਰ ਆ, ਹਰ ਵੋਟਰ ਆ, ਉਹ ਅਲੱਗ ਉਹਦਾ ਜਿਹੜਾ ਮਤਲਬ ਉਹਦੇ ਚਿਹਰੇ ਤੇ ਜਾਂ ਉਹਦੇ ਹਾਵ ਭਾਵ ਹੁੰਦੇ ਆ, ਉਹ ਬੜੇ ਡਿਫਰੈਂਟ ਹੁੰਦੇ ਆ। ਤੇ ਇਲੈਕਸ਼ਨ ਤੋਂ ਬਾਅਦ ਇਕਦਮ ਜਿਹੜੇ ਉਹ ਟੋਟਲ ਜਿਹੜਾ ਚਾਰਜ ਅਪ ਡਿਫਰੈਂਟ ਹੁੰਦਾ ਏ, ਉਹ ਇਕਦਮ ਰਿਲੈਕਸ ਹੋ ਜਾਂਦਾ, ਠੰਡਾ ਹੋ ਜਾਂਦਾ। ਤੇ ਉਸੇ ਤਰੀਕੇ ਨਾਲ ਮੈਂ ਵੀ ਅੱਜ ਜਿਹੜਾ ਏ ਉਹ ਇੱਕ ਜਿਹੜਾ ਚਾਰਜ ਹੁੰਦੇ ਹੋਏ ਸੀ, ਟੋਟਲ ਇੱਕ ਵਾਤਾਵਰਨ ਸੀ ਜਿਹੜਾ, ਹੁਣ ਉਹ ਰਿਲੈਕਸ ਤੇ ਬਿਲਕੁਲ ਠੰਡਾ ਮਾਹੌਲ ਆ, ਸ਼ਾਂਤ ਮਾਹੌਲ ਆ, ਤੇ ਉਹਨੂੰ ਇੰਜੋਏ ਕਰ ਰਹੇ ਹਾਂ। ਦੇਖੋ ਥੋੜਾ ਆਪਣੇ ਸ਼ਹਿਰ ਦਾ, ਜਿਹੜਾ ਮੇਰਾ ਸ਼ਹਿਰ ਆ ਲੁਧਿਆਣਾ, ਉਹਨੂੰ ਦੁਬਾਰਾ ਇੱਕ ਬਹੁਤ ਹੀ ਸ਼ਾਂਤ ਇਸ ਵੇਲੇ ਮਾਹੌਲ ਆ ਤੇ ਬੜਾ ਵਧੀਆ ਏ। ਤੇ ਉਹ ਅਲੱਗ ਇੱਕ ਇਲੈਕਸ਼ਨ ਦੇ ਜਿਹੜੇ ਦਿਨ ਹੁੰਦੇ ਆ ਉਹ ਅਲੱਗ ਹੁੰਦੇ ਆ, ਤੇ ਅੱਜ ਤੋਂ ਬਾਅਦ ਜਿਹੜਾ ਉਹ ਡਿਫਰੈਂਟ ਲੁਧਿਆਣਾ ਹੋਏਗਾ।